10 मिनट बस मैं देख लो लाइन सारी दूसरे ठीक है सारे बुलंद बात करो अल्लाह شاہ امام بر کرم تے کبن تیری غم دی قسم قسم دے کپیاں سہریاں دی تے عباس تے مشکو عالم دی قسم اکبر دلبر دیاں زلفاں دی ہر خم در خم 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 دی قسم کر ماہ گناہ ساڈے یکتم تے گہر دے خاص جرم دی قسم اللہم صلی علی محمد و آل محمد صلوات بلند آواز نال پڑھو اللہم صلی علی پورے پاکستان دا مجمع اپنے اپنے شہر دی نمائندگی کریندے ہویا امام زمانہ کو گواہی دیو بلند آواز دے نال صلوات پڑھو اللہم صلی علی محمد و آل محمد صلوات بلند آواز نال پڑھو اللہم صلی علی نعرہ تکبیر نعرہ رسالت نعرہ حیدری نعرہ حیدری عظمت زہرا تے صلوات بلند آواز نال پڑھو اللہم صلی علی اعوذ باللہ من الشیطان اللعین الرجیم بسم اللہ الرحمن الرحیم یا زہرا الحمد للہ رب العالمین والعاقبت للمتقین والجنۃ للمومنین صلوات والنار للکافرین والمنافقین بے شمار السلام و السلام على من كان نبيا وآدم بين الماء والطين سيد زغلان يا شمس المشرق ان وال مغرباں جدل حسن والحسین ابوالقاسم محمد المصطفیٰ اللہ روی زائبان آدان بن رحمان ضربت علیان فی یوم الخندق افضل من عبادت سگلان واولد زودان الحسن والحسین نعرہ حیدری آباد رہو الصلاۃ والسلام علی سیدہ دل جلیل دل مخدوم دل معصوم دل محروم دل انحق وراث ابیہا سیدہ النساء العالمین
ਅੱਜ ਪਹਿਲੀ ਵਾਰੀ ਦਰਬਾਰ ਦੇ ਵਿੱਚ ਹੁਣ ਵਕਤ ਕੋਈ ਨਹੀਂ ਜੋ ਮੈਂ ਲੰਬੜ ਕਰਾਂ ਸੈਨ ਜ਼ਹਰਾ ਦੀ ਸ਼ਾਨ ਵੀ ਸੁਣ ਬੈਠੇ ਹੋ ਅਤੇ ਵਕਤ ਵੀ ਬਹੁਤ ਥੋੜ੍ਹਾ ਹੈ ਲੇਕਿਨ ਮੈਂ ਚੰਦ ਜੁਮਲਿਆਂ ਦੇ ਵਿੱਚ ਇਹ ਪੁਰਸਾ ਡਿਵਣਾ ਹੈ ਅਤੇ ਤੁਸਾਂ ਲਵਣਾ ਅੱਜ ਪਹਿਲੀ ਵਾਰੀ ਦਰਬਾਰ ਦੇ ਵਿੱਚ ਪਈਏ ਨੂੰ ਇਮਰਾਨ ਦੀਆ ਦੀ ਅੱਜ ਪਹਿਲੀ ਵਾਰੀ ਦਰਬਾਰ ਮੇਰੇ ਅਜ਼ੀਜ਼ ਨੇ ਰਿਹਾਈ ਪੜ੍ਹੀ ਏ ਇਹ ਹੱਕ ਨਹੀਂ ਬਣਦਾ ਈ ਬਹੁਤ ਸੋਹਣਾ ਪੜਿਆ ਇਨਸ਼ਾਅੱਲਾ ਜਵਾਨੀਆਂ ਮਾਣੇ ਮੈਂ ਈ ਵਾਸਤੇ ਰਸੂਲ ਦੀ ਧੀ ਦੇ ਤੁਹਾਨੂੰ ਦੋ ਦੌੜੇ ਸੁਣਾਉਣੇ ਨੇ ਕਿਉਂਕਿ ਮੈਂ ਸ਼ਹਾਦਤ ਨਹੀਂ ਪੜ੍ਹ ਸਕਦਾ ਮੇਰੇ ਪਿੱਛੇ ਅਜ਼ੀਜ਼ ਮੇਰੇ ਬਜ਼ੁਰਗ ਬੈਠੇ ਨੇ ਹੋ ਸਕਦਾ ਇਹਨਾਂ ਜੁਮਲਿਆਂ ਤੋਂ ਇਲਾਵਾ ਤੁਹਾਨੂੰ ਹੋਰ ਕੋਈ ਪੁਰਸਾ ਜ਼ਿਆਦਾ ਹੋਵੇ ਹੀ ਨਾ ਅੱਜ ਪਹਿਲੀ ਵਾਰੀ ਦਰਬਾਰ ਦੇ ਵਿੱਚ ਪਈਏ ਨੂੰ ਇਮਰਾਨ ਦੀਆ ਦੀ ਅਦਾ ਇਹਦੀ ਬਿਲਕੁਲ ਤਾਜ਼ੀਮ ਨਹੀਂ ਕਰਨੀ ਭਾਵੇਂ ਅਜ਼ਮਤ ਹੈ ਨਬੀਆਂ ਦੀ ਆਬਾਦ ਆਬਾਦ ਰਹੋ ਇਹਦੀ ਕੋਈ ਨਹੀਂ ਮੰਨਣੀ ਦਰਬਾਰ ਦੇ ਵਿੱਚ ਭਾਵੇਂ ਕਸਮ ਚਾਵੇ ਪੁੱਤਰਾਂ ਦੀ ਡੀਓਏ ਜੀਆ ਵਿਰਸਾ ਮਾਂ ਜ਼ੈਨਬ ਕੋ ਜਾਵੇ ਘਰ ਤਾਈ ਉੱਠਦਿਆ ਜਿਹੜੀ ਆਦੀ ਰਹੀਏ ਬਾਬਾ ਬਾਬਾ ਹੱਕ ਨਾ ਡੇਂਦੇ ਇੰਜ ਨਾ ਆਦੇ ਜ਼ਹਰਾ ਮਸਲੇ ਤੋਂ ਭੁੱਲ ਗਈ ਪੌਣੇ ਚਾਰ ਘੰਟੇ ਖੜੋਤੀ ਰਹੀਏ ਪੌਣੇ ਚਾਰ ਘੰਟੇ ਦੇ ਬਾਅਦ ਮੇਰੀ ਸੈਨ ਰੋ ਕੇ ਆਵਾਜ਼ ਡੇਕਿਆ ਦੀਏ ਚਾਚਾ ਸਲਮਾਨ ਮੈਂ ਥੱਕ ਪਈ ਪੌਣੇ ਚਾਰ ਘੰਟੇ ਦੇ ਬਾਅਦ ਪਿਓ ਦਾ ਲਿਖਿਆ ਪੇਸ਼ ਕੀਤਾ ਸੂ ਇਵੇਂ ਜ਼ਾਲਮ ਪੜ੍ਹ ਕੇ ਆਸਮਾਨ ਦੇ ਪਾਸੇ ਚਾਕ ਚਾਕ ਕਰਕੇ ਸੱਟਾ ਸੂ ਅਜਾ ਸਨਾ ਦੇ ਪੁਰਜ਼ੇ ਜ਼ਮੀਨ ਤੇ ਨਹੀਂ ਆਏ ਜਾ ਹਸਨ ਦੀ ਅੰਮਾ ਜ਼ਮੀਨ ਤੇ ਝੜ ਪਈਏ ਹਸਨ ਰੋ ਗਿਆ ਦੇ ਅੰਮਾ ਕਿਉਂ ਮੰਗਦੀ ਏ ਨਹੀਂ ਜੁੜੇ ਦੇ ਮੇਰੀ ਸੈਨ ਰੋ ਕੇ ਵਾਰ ਡੇਕਿਆ ਦੀ ਮੇਰੇ ਪਿਓ ਦਾ ਤਖਤ ਸੰਭਾਲ ਗਈ ਤੇ ਕਾਨੂੰਨ ਹੁੰਦੇ ਬਦਲਾ ਲਈ